ਚਾਰ ਸਾਲ ਹੈ, ਟਾਈਮ ਵੀ ਖਤੀਬ ਦਾ ਨਹੀਂ, ਤੇ ਮੈਂ ਜੇ ਖਲੋ ਗਿਆ ਤੇ ਜਾਣ ਦਿਓ ਗੱਲ ਨੂੰ ਆਉਂਦੇ ਹੋ। ਤੇ ਹੁਣ ਮੈਂ ਕਸੀਦੇ ਵਾਸਤੇ, ਅਬਾਸ ਰਜ਼ਾ ਸਾਹਿਬ ਆਏ ਲਓ ਤਸ਼ਰੀਫ ਲਿਆਏ ਨੇ, ਇਹ ਤੁਹਾਨੂੰ ਆਵਾਜ਼ ਉੱਥੇ ਲੈ ਜਾਣਗੇ ਤੁਹਾਡੀ ਸਾਰਿਆਂ ਦੀ ਥੱਲੇ ਰਹਿ ਗਿਆ। ਮੈਨੂੰ ਇੱਕ ਬੰਦਾ ਹੁੰਦਾ ਸੀ, ਆ ਜਿਹੜੇ ਜ਼ਾਕਿਰ ਤੁਹਾਡੇ ਹੁੰਦੇ ਨੇ ਇਹ ਕੀ ਕਰਦੇ ਨੇ? ਮੈਂ ਤੂੰ ਕੀ ਵੇਖਿਆ? ਉਹ ਆਂਦਾ ਕੁਝ ਵੀ ਨਹੀਂ ਕਰਦੇ। ਮੈਂ ਕਿਹਾ ਪੜ੍ਹਦੇ ਨੇ? ਉਸ ਆਖਿਆ ਨਾ। ਇੱਕ ਅੱਗੇ ਆਂਦਾ ਆ, ਪਿਛਲੇ ਉਦੋਂ ਉੱਤੇ ਖੜਦੇ ਨੇ ਆ, ਅਗਲਾ ਫਿਰ ਉਦੋਂ ਉੱਤੇ ਖੜਦਾ ਆ, ਪਿਛਲੇ ਉਦੋਂ ਉੱਤੇ ਆ, ਤੇ ਅੱਗੋਂ ਲੋਕੀ ਨਾਰੇ ਮਾਰਦੇ ਨੇ। ਮੈਂ ਕਿਹਾ ਤੂੰ ਇਹ ਕਿੱਥੇ ਵੇਖਿਆ? ਉਹ ਆਂਦਾ ਮੈਂ ਤੇ ਕਦੀ ਮਜਲਿਸ ਚ ਗਿਆ ਹੀ ਨਹੀਂ ਸਾਂ, ਇਹ ਇੰਜ ਪੈ ਕਰਦੇ ਸਨ ਤੇ ਮੈਂ ਖਲੋ ਗਿਆ। ਮੈਂ ਕਿਹਾ ਫਿਰ ਖਲੋ ਗਿਆ ਨਾ? ਉਹ ਇੰਜ ਪੈ ਕਰਦੇ ਸਨ ਤੇ ਖਲੋ ਗਿਆ ਨਾ? ਤੂੰ ਤੇ ਕਦੀ ਮਜਲਿਸ ਚ ਗਿਆ ਨਹੀਂ ਸਾਂ, ਤੇ ਜਦੋਂ ਇਹ ਆ ਕਰਦੇ ਸਨ ਤੇ ਪਿਛਲੇ ਉਦੋਂ ਉਤਾਂ ਖੜਦੇ ਸਨ ਤੇ ਅਗਲਾ ਉਦੋਂ ਉਤਾਂ ਖੜਦਾ ਸੀ, ਇਹੋ ਕਰਦੇ ਕੀ ਸਨ? ਮੈਂ ਇੰਜ ਹੀ ਪੈ ਕਰਦੇ ਸਨ। ਇਹ ਕਿਉਂ ਪੈ ਕਰਦੇ ਸਨ? ਮੈਂ ਤੈਨੂੰ ਖਿਲਾਰਨ ਵਾਸਤੇ ਕਰਦਾ। ਮੈਂ ਕਿਤੇ ਖਲੋ ਵੀ ਜਾ, ਖਲੋ ਗਿਆ ਸਨ ਆਂਦੇ ਵੈਸੇ ਬੰਦੇ ਅੱਗੋਂ ਨਾਰੇ ਮਾਰਦੇ ਸਨ। ਆ ਤੇ ਵੀ ਕਾਹਦਾ ਨਾਰਾ ਵੱਜਦਾ? ਜਿਹੜਾ ਬੰਦਾ ਆ ਕਰਦਾ ਤੇ ਉੱਤੋਂ ਹੋਰ ਆ ਉੱਚੀ ਕਰਦਾ, ਜਿਹੜਾ ਹੋਰ ਉੱਚੀ ਫਿਰ ਆ ਕਰਦਾ, ਉਹਦੇ ਤੇ ਨਾਰਾ ਬਣਦਾ? ਮੈਂ ਕਿਹਾ ਬਣਦਾ। ਇਹਦੇ ਇਹਦੇ ਵਿੱਚ ਕੀ ਗੱਲ ਹੈ? ਉਹ ਮੈਂ ਕਿਹਾ ਮੈਂ ਦੱਸ ਦੇਣਾ। ਉਹ ਜਦੋਂ ਤੁਸੀਂ ਜੀ ਤਵਜੋ ਕਰ ਗਿਆ ਹੋ ਨਾ, ਉਹ ਵੀ ਤਵਜਾ ਕਰ ਗਿਆ। ਮੈਂ ਹੁਣ ਜ਼ਾਕਰੇ ਅਹਿਲੇ ਬੈਤ ਦੀ ਮੁਖਾਲਫਤ ਕਰਨੀ ਸੀ ਜਾਂ ਹਮਾਇਤ ਕਰਨੀ ਸੀ? ਹਮਾਇਤ ਕਰਨੀ ਸੀ। ਮੈਂ ਆਖਿਆ ਉਹ ਆ ਕਰਦੇ ਨਾ, ਉਹ ਫਜ਼ੂਲ ਨਹੀਂ ਕਰਦੇ। ਮੇਰੇ ਲਈ ਵੇਖੋ ਯਾਰ, ਉਹ ਆ ਕਰਦੇ ਨੇ, ਫਜ਼ੂਲ ਨਹੀਂ ਕਰਦੇ। ਤੂੰ ਕਦੀ ਮਜਲਿਸ ਗਿਆ ਸੈ? ਉਸ ਆਖਿਆ ਨਹੀਂ। ਕਦੀ ਖਲੋਤਾ ਸੈ? ਉਸ ਆਖਿਆ ਨਹੀਂ। ਮੈਂ ਫਿਰ ਕਿਉਂ ਖਲੋਤਾ ਸੈ? ਉਹ ਆ ਦੀ ਵਜ੍ਹਾ ਤੋਂ। ਉਹ ਏਡੀ ਉੱਚੀ ਲੈ ਗਿਆ ਸਾਂ, ਏਡੀ ਉੱਚੀ ਕਿ ਮੈਂ ਖਲੋ ਕੇ ਆਖਿਆ ਇੱਥੇ ਕੀ ਹੈ? ਮੈਂ ਕਿਹਾ ਹੁਣ ਪਿਛਲੀ ਗੱਲ ਤੈਨੂੰ ਦੱਸਾਂ। ਹਾਂ, ਮੈਂ ਕਿਹਾ ਅੱਲਾ ਦੇ ਬੰਦੇ ਉਹ ਜ਼ਾਕਰ ਆ ਤੇ ਤੈਨੂੰ ਖਿਲਾਰ ਕੇ ਪੂਰੀ ਦੁਨੀਆਂ ਨੂੰ ਦੱਸਦੇ ਨੇ। ਉੱਚੀ ਤੇ ਆਵਾਜ਼ ਹੋ ਜਾਏ ਤੇ ਬੰਦੇ ਵੇਖਦੇ ਨੇ ਤੇ ਧਿਆਨ ਕਰਦੇ ਨੇ। ਉੱਚੀ ਤੇ ਆਵਾਜ਼ ਹੋ ਜਾਏ ਤੇ ਬੰਦੇ ਧਿਆਨ ਕਰ ਲੈਂਦੇ ਨੇ। ਅਲੀ ਮੁਹੰਮਦ ਦੇ ਇੱਥੇ ਖਲੋਤੇ ਨੇ, ਤੇਰਾ ਧਿਆਨ ਹੀ ਨਹੀਂ ਪਿਆ? ਚਲੋ ਠੀਕ ਹੈ, ਮਿਹਰਬਾਨੀ ਜਨਾਬ ਸਿੰਘ, ਇਹ ਤੁਹਾਡੀ ਵਜ੍ਹਾ ਤੋਂ ਹੋਇਆ ਸਾਰਾ, ਮਿਹਰਬਾਨੀ। ਠੀਕ ਹੋ, ਮੌਲਾ ਤੁਹਾਨੂੰ ਜਜ਼ਾਏ ਖੈਰ ਦੇਵੇ। ਦੋ ਤਿੰਨ ਮੈਂ ਹਾਜ਼ਰੀ ਦੀਆਂ ਗੱਲਾਂ ਅਰਜ਼ ਕਰਨ